ਪੰਚਾਇਤੀ ਚੋਣਾਂ ਦਾ ਬਿਗੁਲ ਵੱਜਦਿਆਂ ਹੀ ਸਿਆਸੀ ਪਾਰਟੀਆਂ ਨੇ ਆਪਣੇ ਆਪਣੇ ਉਮੀਦਵਾਰ ਮੈਦਾਨ ਵਿੱਚ ਉਤਾਰ ਦਿੱਤੇ ਹਨ। ਇਸ ਦੇ ਚਲਦਿਆਂ ਅੰਮ੍ਰਿਤਸਰ ਦੇ ਹਲਕਾ ਪੱਛਮੀ ਦੇ ਅਧੀਨ ਆਉਂਦੇ ਇਲਾਕਾ ਡੇਰਾ ਬਾਬਾ ਦਰਸ਼ਨ ਸਿੰਘ ਕਲੋਨੀ ਵਿੱਚ ਕਾਂਗਰਸੀ ਵਿਧਾਇਕ ਡਾਕਟਰ ਰਾਜਕੁਮਾਰ ਵੇਰਕਾ ਨੇ ਸੁਖਦੇਵ ਸਿੰਘ ਉਰਫ ਸੁੱਖਾ ਨੂੰ ਕਾਂਗਰਸ ਪਾਰਟੀ ਵੱਲੋਂ ਟਿਕਟ ਦੇ ਕੇ ਮੈਦਾਨ ਵਿੱਚ ਉਤਾਰਿਆ ਹੈ। ਹੁਣ ਸੁਖਦੇਵ ਸਿੰਘ ਸੁੱਖਾ ਵੱਲੋਂ ਵੀ ਆਪਣੇ ਇਲਾਕੇ ਵਿੱਚ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ। ਉਮੀਦਵਾਰ ਵੱਲੋਂ ਲੋਕਾਂ ਨੂੰ ਆਪਣੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕੀਤੀ ਜਾ ਰਹੀ ਹੈ ਤੇ ਨਾਲ ਹੀ ਕਾਂਗਰਸ ਸਰਕਾਰ ਦੀਆਂ ਉਪਲਬਧੀਆਂ ਗਿਣਾਈਆਂ ਜਾ ਰਹੀਆਂ ਨੇ। ਸੁਖਦੇਵ ਸਿੰਘ ਜੀ ਸੁੱਖਾ, ਬਾਬਾ ਦਰਸ਼ਨ ਸਿੰਘ ਐਵਨਿਊ ਪੰਚਾਇਤ ਪੰਚਾਇਤ ਵੱਲੋਂ ਡਾਕਟਰ ਰਾਜਕੁਮਾਰ ਜੀ ਵਿਰਕਾ ਕਾਂਗਰਸ ਦੇ ਉਮੀਦਵਾਰ, ਸਾਨੂੰ ਧੰਨਵਾਦ ਉਹਨਾਂ ਦਾ ਜਿਨ੍ਹਾਂ ਨੇ ਸਾਨੂੰ ਬਾਬਾ ਦਰਸ਼ਨ ਸਿੰਘ ਐਵਨਿਊ ਤੋਂ ਉਮੀਦਵਾਰ ਦਾ ਐਲਾਨ ਕੀਤਾ ਹੈ। ਸਰਪੰਚੀ ਵੱਲੋਂ ਪ੍ਰਚਾਰ ਕਰ ਰਹੇ ਹਾਂ, ਵੋਟਾਂ ਵਾਸਤੇ ਲੋਕਾਂ ਦਾ ਬੇਨਤੀ ਕਰ ਰਿਹਾ ਜੀ, ਮੈਂ ਵੱਧ ਤੋਂ ਵੱਧ ਮੈਨੂੰ ਵੋਟਾਂ ਦਿਓ ਤੇ ਇੰਨਾ ਧੰਨਵਾਦ ਹੋਏਗਾ ਜੀ। ਜੋ ਵਿਕਾਸ ਦਾ ਕੰਮ ਹੋਏਗਾ ਜੀ, ਜਦੋਂ ਮਨੋ ਜ਼ਰੂਰ ਕਰਾਂਗਾ, ਪਹਿਲ ਦੇ ਆਧਾਰ ਕੀਤਾ ਜਾਏਗਾ ਜੀ। ਗਲੀਆਂ ਬਣਨਗੀਆਂ ਜੀ, ਲਾਈਟਾਂ, ਪਾਰਕਾਂ, ਜੋ ਸੀਟ ਦਾ ਕੰਮ ਹੋਏਗਾ ਇਹਨਾਂ ਦੀ ਪਹਿਲ ਦੇ ਆਧਾਰ ਕੀਤਾ ਜਾਏਗਾ ਜੀ। ਇਹ ਜੀ 1000 ਤੋਂ ਵੋਟ ਪਲੱਸ ਹੈ ਜੀ, ਅਸੀਂ 900-800 ਵੋਟ ਘੱਟ ਤੋਂ ਘੱਟ ਲਵਾਂਗੇ ਜੀ ਤੇ ਸਾਰੀ ਵੋਟ ਲੈ ਕੇ ਡਾਕਟਰ ਰਾਜਕੁਮਾਰ ਜੀ ਵੇਰਕਾ ਜੀ ਝੋਲੀ ਪਾਵਾਂਗੇ। ਅੰਮ੍ਰਿਤਸਰ ਤੋਂ ਧਰਮਵੀਰ ਗਿੱਲ, ਖਬਰ ਹਰਪਲ, ਇੰਡੀਆ ਲਈ।